ਅਸਲਾਮ ਵਾਲੇਕਮ ਦੋਸਤੋ, ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਲੱਗੇ ਬੈੱਲ ਆਈਕੋਨ ਨੂੰ ਦਬਾਓ ਤਾਂ ਕਿ ਸਾਡੀ ਹਰ ਨਹੀਂ ਆਉਣ ਵਾਲੀ ਵੀਡੀਓ ਸਾਡੇ ਵੀਰਾਂ ਤੱਕ ਬਆਸਾਨੀ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਅਨਮੋਲ ਚੈਨਲ 'ਤੇ ਆਪਣੇ ਵੀਰਾਂ ਵਾਸਤੇ ਇੱਕ ਦੂਜਣ ਮਾਝ ਦੀ ਵੀਡੀਓ ਲੈ ਕੇ ਆਏ ਹਾਂ। ਦੂਸਰਾ ਸੂਆ ਇਹਨੇ ਸੁਣਿਆ, ਸੂਣ ਦੇ ਵਿੱਚ ਕਿੰਨੇ ਦਿਨ ਲੈਂਦੀ ਹੈ, ਪਿਛਲੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਹੈ, ਕੀ ਇਹਦੀ ਪਿਆਰ ਮੁਹੱਬਤ ਵਾਲੀ ਡਿਮਾਂਡ ਹੈ, ਇਹ ਸਾਰੀਆਂ ਗੱਲਾਂ ਹੋਣਗੀਆਂ ਮਾਲਕ ਦੇ ਨਾਲ। ਕੈਮਰਾਮੈਨ ਸਾਹਿਬ ਅੱਜ ਹੱਸ ਰਹੇ ਨੇ, ਪਤਾ ਨਹੀਂ ਜੈਕਟ ਵੇਖ ਕੇ ਹੱਸ ਰਿਹਾ ਵੀ ਲੰਡੇ 'ਚ ਮੈਂ ਲੈ ਲਈਏ ਤਾਂ ਮਜ਼ਾਕ ਕਰ ਰਿਹਾ, ਉਹਦਾ ਹਾਸਾ ਨਹੀਂ ਰੁਕ ਰਿਹਾ। ਚਲੋ ਖੈਰ, ਕੋਈ ਨਹੀਂ, ਮਾੜੇ ਬੰਦੇ ਵੀ ਦੁਨੀਆ 'ਤੇ ਹੁੰਦੇ ਨੇ। ਕੈਮਰਾਮੈਨ ਸਾਹਿਬ ਮਾਝ ਦਿਖਾ ਦਿਓ, ਬਿਲਕੁਲ ਸਿਆਹ ਕਾਲੀ ਹੈ, ਚੂਰ ਕੁੰਡੇ ਸਿੰਘ, ਸਿਆਹ ਕਾਲੀ ਅੱਖ, ਮਾਸ਼ਾਅੱਲਾ ਕੱਦ ਪੂਰਾ, ਵੇਲ ਚੰਗੀ, ਨਸਲ ਜ਼ਾਤ ਅੱਛੀ ਮਾਝ ਦੀ। ਅਨਬਹਿਣੀ ਵਾਲੀ ਸਾਈਡ 'ਤੇ ਛੋਟਾ ਜਿਹਾ ਬੱਚਾ, ਉਹਨਾਂ ਦੇ ਦਰਮਿਆਨ 'ਚ ਮਾਲਕਾਂ ਕੋਲੋਂ ਪੁੱਛਾਂਗੇ ਉਹਦੇ ਵਿੱਚ ਦੁੱਧ ਆਉਂਦਾ ਹੈ ਜਾਂ ਨਹੀਂ, ਇਹ ਕੈਮਰੇ ਦੀ ਨਜ਼ਰ 'ਚ ਉਹਨਾਂ ਕੋਲ ਪੁੱਛ ਲਵਾਂਗੇ। ਪਿਓਰ ਨੀਰੀ ਦੀ ਹੈ। ਦੂਸਰਾ ਸੂਆ ਇਹਨੇ ਸੁਣਿਆ, ਛੋਟੀ ਬੱਕੀ ਦੀ, ਇੱਕ ਢੱਡੀ ਦੀ, ਨਸਲ ਜ਼ਾਤ ਅੱਛੀ ਮੱਝ ਦੀ। ਮੂੰਹ ਦੀ ਵੀ ਸੀਲ ਸਾਊ ਹੈ ਅਤੇ ਮੂੰਹ ਕਿਵੇਂ ਵੀ ਦੱਸ ਦਿਓ, ਮੂੰਹ ਛਿੱਗੀ ਹੈ ਜੀ। ਕੈਮਰਾਮੈਨ ਸਾਹਿਬ ਤਸੱਲੀ ਨਾਲ ਦਿਖਾ ਦਿਓ, ਮਾਸ਼ਾਅੱਲਾ ਮੁੱਢ ਭਰ ਥਾਣੇ, ਕਣਾਂ ਦੀਆਂ ਵੰਡਾਂ ਪੂਰੀਆਂ ਨੇ, ਖੂਬਸੂਰਤ ਹੈ, ਨਸਲ ਜ਼ਾਤ ਅੱਛੀ ਹੈ ਮੱਝ ਦੀ, ਕੱਦ ਪੂਰਾ, ਵੇਲ ਚੰਗੀ। ਦਿਖਾਓ ਕੈਮਰਾਮੈਨ ਸਾਹਿਬ ਤਸੱਲੀ ਨਾਲ, ਬਸ ਠੀਕ ਹੈ। ਗੱਲਾਂ ਬੜੀ ਜੀ ਮਾਸ਼ੋ, ਬਸ ਬੰਨ ਦਿਓ। ਆ ਜਾਓ ਜੀ, ਅੱਛੇ ਹੋ। ਅਸਲਾਮ ਵਾਲੇਕਮ। ਵਾਲੇਕਮ ਸਲਾਮ ਖਲੀਲ ਬਾਈ, ਕੀ ਹਾਲ? ਅੱਲਾ ਦਾ ਬੜਾ ਸਾਨ। ਤਬੀਅਤ ਸਿਹਤ ਠੀਕ ਹੈ ਜੀ? ਸ਼ੁਕਰ ਅੱਲਾ ਦਾ ਜੀ। ਅੱਛਾ, ਮੱਝ ਆਪਣੀ ਨੇ ਕਿੰਨਵਾਂ ਸੂਆ ਸੁਣਿਆ? ਦੂਸਰਾ ਜੀ। ਦੂਸਰਾ ਸੂਆ ਸੁਣਿਆ? ਹਾਂਜੀ। ਸੂਣ ਦੇ ਵਿੱਚ ਕਿੰਨੇ ਦਿਨ ਲੈਂਦੀ ਮੱਝ? 5 ਤੋਂ 7 ਦਿਨ ਲੈਦੀ। 5 ਤੋਂ 7 ਦਿਨ ਲੈਦੀ? ਹਾਂਜੀ। ਪਿਛਲੇ ਸੂਏ ਮੱਝ ਕਿੰਨਾ ਦੁੱਧ ਕਰਦੀ ਰਹੀ? ਤਕਰੀਬਨ 13-14 ਕਿਲੋ। 13-14 ਕਿਲੋ? ਐਵੇਂ ਝੂਠ ਮਾਰੀ ਵੀ, ਮੱਝ ਭਾਰ ਭੂਰ ਤਾਂ ਨਹੀਂ ਪਾਉਂਦੀ? ਭਾਰ ਪਾਵੇ, ਥਾਂ ਦੀ ਗਰੰਟੀ, ਪਿੱਛੇ ਦੀ ਗਰੰਟੀ, ਹਰ ਗੱਲ ਦੀ ਗਰੰਟੀ ਹੋਏਗੀ। ਭਾਰ ਭੂਰ ਪਾਉਂਦੀ ਹੋਈ ਮੱਝ ਸਾਡੀ, ਇਹਦਾ ਜ਼ਿੰਮੇਦਾਰ ਤੂੰ ਖੁਦ ਹੈ, ਆਂਦਾ ਦਾ ਕਰਾਜ ਤੁਸੀਂ ਹੋ, ਇਹਦੇ ਜ਼ਿੰਮੇਦਾਰ। ਹਾਂਜੀ, ਠੀਕ ਹੋ ਗਿਆ ਜੀ। ਕਿੰਨੇ ਪੈਸੇ ਨੇ ਦੇ ਪਿਆਰ ਮੁਹੱਬਤ ਵਾਲੇ? ਮੁੱਲ ਕਰਾਓ 2,65,000 ਕਰਨੇ, ਲੇਕਿਨ ਦੇਣੀ 2-2.5 ਲੱਖ ਦੀ। 2.5 ਲੱਖ ਦੇ ਵਿੱਚ ਖਸੂਸੀ ਪਿਆਰ ਮੁਹੱਬਤ ਥੋੜਾ ਕਰਾਂ, 4-5 ਹੋ ਗਿਆ। 31 ਲੱਖ ਮੰਗ ਲਓ। ਨਹੀਂ, 31 ਲੱਖ ਜਾਂ 10 ਲੱਖ ਮੰਗ ਲਓ, ਮੈਂ ਚੰਗੀ ਖਿਆਲ ਲਾਦਾ। ਨਹੀਂ ਨਹੀਂ, ਤੁਸੀਂ ਕਹਿ ਦਿਓ ਜੀ ਮੈਨੂੰ ਨਾਲ ਠਾਲੋ, ਤੇ ਮੈਨੂੰ ਕਹਿ ਦਿਓ ਜੀ ਇਹਨੇ 31 ਲੱਖ ਦੀ ਮੱਝ ਲਈ ਹੈ, ਇਹਨੇ 10 ਲੱਖ ਦੀ ਮੱਝ ਲਈ ਹੈ, ਇਹ ਜੀ
ਫਲਾਣੀ ਥਾਂ ਤੇ ਜਾ ਰਹੀ ਹੈ, ਛੱਡਣੀ ਹੈ ਨਾ? ਨਹੀਂ ਆਪਾਂ ਕੋ ਛੱਡਣੀ, ਆਪਣੀ ਮੈਂ ਅੱਲਾ ਦੇ ਗੁਮਾ ਬਹੁਤ ਚੰਗੀ ਗਰੰਟੀ ਨਾਲ ਦੋ ਅੱਲਾ ਦੇ ਗੁਮਾ 2.5 ਲੱਖ ਦੇ ਵਿੱਚ ਕਿੰਨਾ ਕੋ ਖਸੂਸੀ ਪਿਆਰ ਹੁੰਦਾ ਤੋ ਜਾਏਗਾ? ਦੋ ਚਾਰ ਹੋ ਜਾਏਗਾ, 2.45 ਕਰਦਾ, 2.45 ਫਾਈਨਲ ਹੈ, ਫਾਈਨਲ 2.45। ਚਲੋ ਠੀਕ ਹੋ ਗਿਆ। ਹਾਂਜੀ ਅਭੀ ਝੋਟੀ ਮੈਂ ਕਿੰਨੇ ਦਿਨ ਲੈਂਦੀ ਸੁਣ ਚ? 5 ਤੋਂ 7 ਦਿਨ, 5 ਤੋਂ 7 ਦਿਨ ਲੈਂਦੀ ਹੈ। ਠੀਕ ਹੋ ਗਿਆ ਜੀ। ਲਓ ਜੀ ਦੋਸਤੋ, ਮੱਝ ਦੇਖ ਲਈਏ, ਦੂਸਰਾ ਸੂਆ ਇਹਨੇ ਸੁਣਿਆ, 5 ਤੋਂ 7 ਦਿਨ ਲੈਂਦੀ ਸੂਣ ਦੇ ਵਿੱਚ। ਪਿਛਲੇ ਸੂਏ 13 ਤੋਂ 14 ਲੀਟਰ ਦੁੱਧ ਕਰਦੀ ਰਹੀ ਹੈ। 2,65,000 ਰੁਪਇਆ ਡਿਮਾਂਡ ਕਰਦੇ ਨੇ, ਫਾਈਨਲ ਕਹਿ ਰਹੇ ਨੇ ਕਿ 2,45,000 ਦੀ ਦੇਣੀ ਹੈ। ਅਗਰ ਕਿਸੇ ਦੋਸਤ ਨੇ, ਕਿਸੇ ਵੀਰ ਨੇ ਇਹ ਮੱਝ ਖਰੀਦਣੀ ਹੈ, ਸਾਡਾ ਰਾਬਤਾ ਨੰਬਰ 0311-6515-132, 0311-6515-132 ਇਸੇ ਨੰਬਰ 'ਤੇ ਹੀ ਵਟਸਐਪ ਬਣੀ ਹੈ। ਦੋਸਤੋ, ਅਗਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜ਼ਿੰਦਗੀ ਰੀਤ ਮਿਲਾਂਗੇ ਇੱਕ ਨਈ ਵੀਡੀਓ ਦੇ ਨਾਲ। ਆਪਣੇ ਮੇਜ਼ਬਾਨ ਫੈਸਲ ਜੋਈਆਂ ਦਿਓ ਇਜਾਜ਼ਤ। ਅੱਲਾ ਹਾਫਿਜ਼।